ਤੁਹਾਨੂੰ ਅੱਜ ਅਜਿਹੇ ਸ਼ਖਸ ਨਾਲ ਮਿਲਾਉਣ ਲੱਗੇ ਹਾਂ ਜੋ ਪੁਲਿਸ ਦੀ ਨੌਕਰੀ ਕਰਦਾ ਹੈ, ਜਿਸ ਦਾ ਨਾਮ ਹੈ ਜਗਵਿੰਦਰ ਸਿੰਘ, ਪਿੰਡ ਸ਼ਾੜ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਪੁਲਿਸ ਦੀ ਨੌਕਰੀ ਦੇ ਨਾਲ ਹੀ ਇਹ ਨੌਜਵਾਨ ਕੁੜੀਆਂ ਨੂੰ ਟ੍ਰੇਨਿੰਗ ਦਿੰਦਾ ਹੈ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੀ। ਜਦੋਂ ਜਗਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਉਹ ਕੁੜੀਆਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਟ੍ਰੇਨਿੰਗ ਦਿੰਦਾ ਹੈ ਤਾਂ ਕਿ ਕੁੜੀਆਂ ਅੱਗੇ ਵੱਧ ਸਕਣ। ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਦੂਰੋਂ ਦੂਰੋਂ इस पिंड दे विच ट्रेनिंग लैण दे लई पहुँच रही ने। यह कुड़ियां लुधियाणा, मानसा, मनी माजरा, चंडीगढ़ दे विचों भी आ के इत्थे ट्रेनिंग लैंदियां ने। इन्हां विचों कई कुड़ियां आर्थिक तौर उपर भी तंग ने। इन्हां विचों एक कुड़ी दा कहना सी कि असीं पूरी मेहनत करांगे, साडे कोल पैसे दी कमी है पर मेहनत दी नहीं, असीं पूरी मेहनत नाल इत्थे ट्रेनिंग करांगे ते नौकरियां हासिल करांगे। बाकी सारी खबर दे उपर चानणा पाउण दे लई साडे रिपोर्टर टोनी शर्मा दी खास रिपोर्ट तुहाडे पेशे खिदमत करदे हां। ਜਗਵਿੰਦਰ ਸਿੰਘ ਜੀ, ਜਗਵਿੰਦਰ ਜੀ, ਕੁੜੀਆਂ ਨੂੰ ਟ੍ਰੇਨਿੰਗ ਦਿੰਦੇ ਹੋ ਪੁਲਿਸ ਤੇ ਫੌਜ ਦੀ ਭਰਤੀ ਲਈ, ਉਹ ਵੀ ਮੁਫਤ ਕਿਉਂ? ਪਤਾ ਕੀ ਹੈ ਜੀ, ਬੱਚਿਆਂ ਕੋਲ ਨਾ ਫਾਈਨੈਂਸ਼ਲੀ ਪ੍ਰੋਬਲਮ ਬਹੁਤ ਹੈ ਜੀ। ਜਿਨ੍ਹਾਂ ਕੋਲ ਪੈਸਾ ਹੈ ਉਹ ਮਿਹਨਤ ਕਰਕੇ ਰਹਿ ਜਾਂਦੇ, ਜਿਨ੍ਹਾਂ ਕੋਲ ਪੈਸਾ ਨਹੀਂ ਉਹ ਮਿਹਨਤ ਕਰਨ ਲਈ ਆਉਂਦੇ ਨੇ ਜੀ। ਅਤੇ ਇਸ ਕਰਕੇ ਅਸੀਂ ਜਿਹੜਾ ਫ੍ਰੀ ਕੈਂਪ ਚਲਾਇਆ ਅਤੇ ਬੜੀ ਦੂਰੋਂ ਦੂਰੋਂ ਕੁੜੀਆਂ ਰਹਿ ਰਹੀਆਂ ਨੇ। ਅਤੇ ਮੈਂ ਤਾਂ ਜਦੋਂ ਮੈਨੂੰ ਫੋਨ ਆਏ ਨਾ ਯੂਟਿਊਬ ਜਾਂ ਇੰਸਟਾਗ੍ਰਾਮ ਰਾਹੀਂ, ਫੇਸਬੁੱਕ ਰਾਹੀਂ, ਮੈਂ ਇਗਨੋਰ ਕਰਤਾ ਸੀ ਵੀ ਦੂਰੋਂ ਦੂਰੋਂ ਕੁੜੀਆਂ ਵੀ ਸਰ ਸਾਡਾ ਰਹਿਣ ਦਾ ਪ੍ਰਬੰਧ ਕੋਈ। ਪਰ ਜਦੋਂ ਮੈਂ ਉਹਨਾਂ ਨੇ ਇਗਨੋਰ ਕੀਤਾ ਅਤੇ ਕੁੜੀਆਂ ਨੇ ਇੱਥੇ ਸਾਡੀ ਗੱਲ ਸੁਣੀ, ਕਹਿੰਦੇ ਸਰ ਤੁਸੀਂ ਇਗਨੋਰ ਨਾ ਕਰੋ, ਕੀ ਪਤਾ ਕਿਸੇ ਬੱਚੇ ਦਾ ਭਵਿੱਖ ਤੁਹਾਡੇ ਹੱਥ ਵਿੱਚ ਲਿਖਿਆ ਹੋਵੇ। ਚਲੋ ਕਰਨਾ ਤਾਂ ਮਾਲਕ ਨੇ ਜੀ, ਸਾਡੀ ਜ਼ਿੰਮੇਵਾਰੀ ਮਾਲਕ ਨੇ ਲਾਈ ਹੈ ਅਤੇ ਅਸੀਂ ਤਾਂ ਸੇਵਾ ਨਿਭਾ ਰਹੇ ਹਾਂ, ਅਸੀਂ ਕੌਣ ਕਰਨਾ, ਪਰਮਾਤਮਾ ਕਰਾ ਰਹੇ। ਇੱਕ ਪਾਸੇ ਪੁਲਿਸ ਦੀ ਨੌਕਰੀ, ਇੱਕ ਪਾਸੇ ਕੁੜੀਆਂ ਨੂੰ ਟ੍ਰੇਨਿੰਗ, ਟਾਈਮ ਦੀ ਐਡਜਸਟਮੈਂਟ ਕਿਵੇਂ ਕਰਦੇ? ਕਿਉਂਕਿ ਪੁਲਿਸ ਦੀ ਨੌਕਰੀ ਦੇ ਵਿੱਚ ਡਿਊਟੀ ਦਾ ਨਹੀਂ ਪਤਾ ਕਿੱਥੇ ਕਦੋਂ ਲੱਗ ਜਾਂਦਾ। ਦੇਖੋ ਜੀ, ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਡਿਊਟੀ ਟੱਪ ਵੀ ਬਹੁਤ ਹੈ, ਸਵੇਰੇ 4 ਵਜੇ ਜਾਣਾ ਪੈਂਦਾ, ਰਾਤ ਨੂੰ 12 ਵਜੇ ਜਾਂਦੇ ਨੇ। ਕਈ ਵਾਰੀ ਆ ਕੇ ਘਰੇ ਕੱਪੜੇ ਚੇਂਜ ਕਰਕੇ ਦੁਬਾਰੇ ਵੀ ਚਲੇ ਜਾਂਦੇ ਆ। ਪਰ ਮੈਂ ਆਪਣੇ ਨਾਲ ਨਾਲ ਵੀ ਕੱਲ ਨੂੰ ਇਹ ਮੇਰੇ 'ਤੇ ਡਿਪੈਂਡ ਨਾ ਕਰਨ ਕੁੜੀਆਂ, ਮੈਂ ਇਹਨਾਂ ਵਿੱਚੋਂ ਕੁੜੀਆਂ ਰਾਜਪ੍ਰੀਤ, ਪਰਮਜੀਤ, ਸੰਦੀਪ, ਤਰਨਵੀਰ, 3-4 ਕੁੜੀਆਂ ਵਧੀਆ ਪਰਫੈਕਟ ਕੀਤੀਆਂ ਹੋਈਆਂ ਨੇ ਵੀ ਜਿਹੜੀਆਂ ਮੇਰੇ ਬਾਅਦ 'ਚ ਇਹਨਾਂ ਨੂੰ ਵਰਕ ਕਰਾ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਕੁੜੀਆਂ ਨੂੰ ਕਿੱਦਾਂ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ, ਕੁਝ ਬਦਲਾਅ ਹੋ ਸਕਦੇ ਨੇ ਜਾਂ ਕੁੜੀਆਂ ਤੁਹਾਡੇ ਕੋਲ ਕਿੱਥੋਂ ਕਿੱਥੋਂ ਆ ਰਹੀਆਂ? ਕੁੜੀਆਂ ਤਾਂ ਸਾਡੇ ਕੋਲ ਜੀ ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਚੰਡੀਗੜ੍ਹ, ਲੁਧਿਆਣਾ, ਪੰਚਕੂਲਾ, ਮਾਨਸਾ, ਬਠਿੰਡਾ, ਸਾਰੇ ਕਿਤੋਂ ਨੇ ਕੁੜੀਆਂ ਨੇ ਜੀ, ਜਿੱਥੋਂ ਬਾਰੇ ਹੁਣ ਰਾਜਸਥਾਨ ਤੋਂ ਵੀ ਕੁੜੀਆਂ ਆਉਣਗੀਆਂ। ਅਤੇ ਅੱਗੇ ਹੁਣ ਇਹਨਾਂ ਦੇ ਦਸੰਬਰ ਦੇ ਪਹਿਲੇ ਹਫ਼ਤੇ ਟ੍ਰਾਇਲਾਂ ਵਾਸਤੇ ਸਾਡੇ ਅਫਸਰ ਸਾਹਿਬਾਨ ਨੇ, ਉਹਨਾਂ ਨੇ ਹੁਕਮ ਦਿੱਤਾ ਵੀ ਪਹਿਲੇ ਜਾਂ ਦੂਜੇ ਹਫ਼ਤੇ ਟ੍ਰਾਇਲ ਲਏ ਜਾ ਸਕਦੇ ਨੇ। ਅਤੇ ਜਿੰਨਾ ਚੁੱਕ ਭਰਤੀ ਹੋਰ ਚੱਲਦੀ, ਹੋਰ ਕੋਈ ਭਰਤੀ ਹੈਗੀ ਤਾਂ ਕਰਾਉਂਦੇ ਰਹਾਂਗੇ, ਸਾਡੀ ਤਾਂ ਪਰਮਾਤਮਾ ਡਿਊਟੀ ਲਈ ਆ ਜੀ, ਕਰਦੇ ਰਹਾਂਗੇ। ਅਤੇ ਬਾਕੀ ਆ ਫਰੀ ਵਾਲਾ ਸਿਸਟਮ ਚੱਲਦਾ ਰਹੂ, ਪੈਸਾ ਕਿਸੇ ਤੋਂ ਕੋਈ ਨਹੀਂ, ਜੋ ਪੈਸਾ ਕੋਈ ਚੀਜ਼ ਲੈਣੀ ਆ ਤਾਂ ਇੰਨਾ ਚੀਜ਼ ਲੈ ਕੇ ਇਹਨਾਂ ਦੇਣੇ, ਜਿਵੇਂ ਕੱਪੜੇ ਬਣਾਏ ਨੇ ਜੀ। ਇਹ ਜਿਹੜਾ ਖਰਚਾ ਹੁੰਦਾ ਕੁੜੀਆਂ ਤੇ, ਕੁਛ ਨਾ ਕੁਛ ਖਰਚਾ, ਤੁਸੀਂ ਕਿਵੇਂ ਐਡਜਸਟਮੈਂਟ ਕਰਦੇ? ਪੰਚਾਇਤ ਕਰਨੀ ਮਦਦ ਮਿਲਦੀ ਹੈ ਤੁਸੀਂ ਆਪਣੇ ਪਰਿਵਾਰ? ਦੇਖੋ ਜੀ, ਪੰਚਾਇਤ ਕੋਲ ਵੀ ਕੋਈ ਥੋੜ੍ਹਾ ਮੋਟਾ ਫੰਡ ਆਉਂਦਾ, ਪਰ ਸਾਡੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਬੜਾ ਵਧੀਆ, ਉਹ ਕਹਿੰਦਾ ਵੀ ਜਿੰਨੇ ਜੋਗੇ ਅਸੀਂ ਹੈਗੇ ਹਾਂ ਅਤੇ ਅਸੀਂ ਜ਼ਰੂਰ ਦੇਵਾਂਗੇ। ਬਾਕੀ ਸਾਰੇ ਬੱਚੇ ਕਰ ਲੈਂਦੇ ਨੇ ਐਡਜਸਟਮੈਂਟ ਜੀ, ਹੁਣ ਜਿਵੇਂ ਇਹਨਾਂ ਨੂੰ ਅਪਰ ਬਣਾ ਕੇ ਦਿੱਤੇ ਜਾਂ ਰੋਰਾਂ ਬਣਾ ਕੇ ਦਿੱਤੀਆਂ ਨੇ ਜੀ, ਅਤੇ ਲਗਭਗ ਇਹਨਾਂ ਜਿਹੜਾ ਖਰਚਾ ਇਹਨਾਂ ਦੇ ਪੈਸੇ ਇਹਨਾਂ ਨੂੰ ਦਿੱਤੇ ਗਏ ਨੇ ਜੀ। ਜਿਹੜਾ ਬੱਚਾ ਕਿਸੇ ਨੇ ਬਾਹਰ ਨਹੀਂ ਬਣਾ ਸਕਦਾ ਤਾਂ ਉਹਨੂੰ ਸਾਰੇ ਬੱਚੇ ਰਲ ਕੇ ਪੈਸੇ ਇਕੱਠੇ ਕਰਕੇ ਉਹਨੂੰ ਬਣਵਾ ਕੇ ਦੇ ਦਿੰਦੇ ਆ ਜੀ। ਮਨਪ੍ਰੀਤ ਕੌਰ। ਮਨਪ੍ਰੀਤ, ਕਿਸ ਚੀਜ਼ ਦੀ ਟ੍ਰੇਨਿੰਗ ਲੈਣ ਪਹੁੰਚੋ ਪਿੰਡ ਛਾਂਗ ਦੇ ਵਿੱਚ? ਅਸੀਂ ਭਰਤੀ ਦੇ ਅਕੋਰਡਿੰਗ ਹੀ ਟ੍ਰੇਨਿੰਗ ਲੈਣ ਪਹੁੰਚੇ ਹਾਂ, ਬੀਐਸਐਫ ਦੀ ਕਨਸਟੇਬਲ ਦੀ। ਇੱਥੇ ਇੰਸਟੀਚਿਊਟ ਹੋਰ ਵੀ ਹੋਣਗੇ ਸੰਗਰੂਰ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਲੇਕਿਨ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਕੀ ਕਾਰਨ ਹੋਇਆ ਵੀ ਇੱਥੇ ਤੁਸੀਂ ਪਹੁੰਚੇ? ਆਰਥਿਕ ਤੰਗੀ ਸਭ ਦੀ ਪ੍ਰੋਬਲਮ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਹੈ ਨਾ, ਅਤੇ ਬਾਕੀ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸਾਰੇ, ਇਸ ਕਰਕੇ ਜ਼ਿਆਦਾ ਦੂਰ ਤੱਕ ਨਹੀਂ ਜਾ ਸਕਦੇ ਜਾਂ ਫੀਸ ਪੇ ਨਹੀਂ ਕਰ ਸਕਦੇ, ਇਸ ਕਰਕੇ ਫ੍ਰੀ ਆਫ ਕੋਸਟ ਸਭ ਤੋਂ ਟ੍ਰੇਨਿੰਗ ਲੈਣਾ। ਟ੍ਰੇਨਿੰਗ ਦਾ ਕਿੱਦਾਂ ਦਾ ਲੱਗਿਆ ਵੀ ਇੱਥੇ ਜਿਵੇਂ ਫ੍ਰੀ ਹੈ, ਕੋਈ ਢਿੱਲ ਵਰਤੀ ਜਾਂਦੀ ਹੈ ਕਿ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ? ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ, ਜਿੱਥੇ ਸਟ੍ਰਿਕਟ ਹੋਣਾ ਉੱਥੇ ਹੋਇਆ ਵੀ ਜਾਂਦਾ, ਅਤੇ ਅਸੀਂ ਮੰਨਦੇ ਵੀ ਹਾਂ ਸਰ ਦੀ, ਜਦੋਂ ਸਾਡੀ ਗਲਤੀ ਹੁੰਦੀ ਹੈ ਸਰ ਕਹਿੰਦੇ ਵੀ, ਉਦੋਂ ਅਸੀਂ ਫੋਲੋ ਵੀ ਕਰਦੇ ਹਾਂ ਉਹਨਾਂ ਨੂੰ। ਅੱਗੇ ਕੀ ਗੱਲ ਹੈ?
ਭਰਤੀ ਹੋਣ ਤੋਂ ਬਾਅਦ ਵੀ ਮੈਦਾਨ ਦੇ ਨਾਲ ਜੁੜੇ ਰਹੋਗੇ ਕਿ ਬਸ ਨੌਕਰੀ ਮਿਲੀ ਦੇ ਮੈਦਾਨ ਨਹੀਂ ਨਹੀਂ ਸਰ ਸ਼ੋਰ ਸ਼ੋਰ ਗਰਾਊਂਡ ਦੇ ਨਾਲ ਜੁੜੇ ਰਹਾਂਗੇ ਸਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਪਾਸੇ ਉਸੇ ਨੌਕਰੀ ਵੀ ਕਰਦੇ ਨੇ ਸਿਰਫ ਤੁਹਾਡੇ ਕਰਕੇ ਉਹ ਸਵੇਰੇ 4 ਵਜੇ ਉੱਠ ਕੇ ਮੈਦਾਨ ਦੇ ਵਿੱਚ ਪਹੁੰਚਦੇ ਨੇ ਹਾਂਜੀ ਸਰ ਵੀ ਸਾਡੇ ਨਾਲ ਬਹੁਤ ਮਿਹਨਤ ਕਰਦੇ ਨੇ ਬਾਕੀ ਸਰਾਂ ਦਾ weight ਵੀ ਬਹੁਤ ਲੋਸ ਹੋ ਗਿਆ ਸਾਡੀ ਮੇਰਾ ਨਾਮ ਮਨਜੀਤ ਕੌਰ ਹੈ ਜੀ ਮੈਂ ਪਿੰਡ ਦਰਗਾਹਪੁਰ ਜ਼ਿਲ੍ਹਾ ਪਟਿਆਲਾ ਤੋਂ ਆਈ ਹੋਈ ਹਾਂ ਅਤੇ ਮੈਨੂੰ 10 ਕੁ ਦਿਨ ਹੋ ਗਏ ਨੇ ਅਤੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸ਼ਹੀਦ ਭਾਈ ਦਲੀਪ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਸਰਦਾਰ ASI ਜਗਵਿੰਦਰ ਸਿੰਘ ਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਉਹਨਾਂ ਦੀ ਇੰਟਰਵਿਊ ਲੈਣ ਆਏ ਹੋ ਜੀ ਅਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਹੈ ਕਿ ਤੁਸੀਂ ਇੱਥੇ ਆਏ ਹੋ ਅਤੇ ਇੱਥੋਂ ਦੇ ਮਤਲਬ ਕਿ ਬਿਲਕੁਲ ਵੀ ਸਾਨੂੰ ਪਤਾ ਨਹੀਂ ਹੈਗਾ ਸੀਗਾ ਕਿ ਕੌਣ ਨੇ ਇੱਥੇ ਅਤੇ ਯੂਟਿਊਬ 'ਤੇ ਮੈਂ ਇਹਨਾਂ ਦੀ ਵੀਡੀਓ ਦੇਖਦੀ ਹੁੰਦੀ ਸੀਗੀ ਅਤੇ ਮੇਰਾ 8-9 ਕੁ ਮਹੀਨੇ ਦਾ ਬੱਚਾ ਇਹ ਬੱਚਾ ਲੈ ਕੇ ਨਾਲ ਆਈ ਹੋਈ ਹਾਂ ਅਤੇ ਬਿਲਕੁਲ ਵੀ ਨਹੀਂ ਸੀ ਪਤਾ ਕਿ ਕੀ ਹੁੰਦਾ ਹੁੰਦਾ ਅਤੇ ਇੱਥੇ ਆ ਕੇ ਮਤਲਬ ਬਹੁਤ ਵਧੀਆ ਲੱਗਿਆ ਮੈਨੂੰ 10 ਕੁ ਦਿਨ ਹੋਏ ਨੇ ਤਕਰੀਬਨ ਆਏ ਨੂੰ ਅਤੇ ਮੈਂ ਆਪਣੇ ਆਪ ਦੇ ਵਿੱਚ ਇੰਨੀ ਜ਼ਿਆਦਾ ਇੰਪਰੂਵਮੈਂਟ ਦੇਖਿਆ ਕਿ ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਕੁਝ ਕਰ ਸਕਦੀ ਹਾਂ ਵਿਆਹ ਤੋਂ ਬਾਅਦ ਦੀ ਟ੍ਰੇਨਿੰਗ ਲੈਣ ਦਾ ਦਿਮਾਗ ਦੇ ਵਿੱਚ ਕਿੱਦਾਂ ਹੈ ਕਿ ਵਿਆਹ ਤੋਂ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ ਕਿ ਘਰਦਿਆਂ ਨੇ ਸਾਥ ਨਹੀਂ ਦਿੱਤਾ ਨਹੀਂ ਮੌਕੇ ਦਾ ਬਹੁਤ ਮਿਲੇ ਕੁਦਰਤੀ ਤੌਰ 'ਤੇ ਮੈਨੂੰ ਮਤਲਬ ਕਿ ਸਾਥ ਨਹੀਂ ਮਿਲਿਆ ਹੈਗਾ ਘਰਦਿਆਂ ਦਾ ਵੀ ਨਹੀਂ ਮਿਲਿਆ ਹੈਗਾ ਅਤੇ ਘਰ ਦੇ ਆਰਥਿਕ ਪੱਖੋਂ ਵੀ ਸਾਥ ਨਹੀਂ ਮਿਲਿਆ ਹੈਗਾ ਅਤੇ ਦਿਲ ਦੇ ਵਿੱਚ ਤਾਂ ਬਹੁਤ ਸੀਗਾ ਕਿ ਇਹ ਵੀ ਕਰ ਲਾਂ ਉਹ ਵੀ ਕਰ ਲਾਂ ਪਰ ਕਿਤੇ ਨਾ ਕਿਤੇ ਬਿਲਕੁਲ ਨਹੀਂ ਕਰ ਪਾਈ ਹੈਗੀ ਅਤੇ ਸਰ ਦੀਆਂ ਵੀਡੀਓ ਦੇਖਦੇ ਹੁੰਦੇ ਬਹੁਤ ਹੌਸਲਾ ਮਿਲਦਾ ਸੀਗਾ ਕਿ ਅਗਰ ਬੱਚਾ ਕੋਈ ਘਰ ਤੋਂ ਕਮਜ਼ੋਰ ਹੈ ਜਾਂ ਕੁਛ ਕਰ ਨਹੀਂ ਸਕਦਾ ਹੈਗਾ ਤਾਂ ਸਾਡੇ ਕੋਲ ਆਓ ਅਸੀਂ ਪੂਰੀ ਦੀ ਪੂਰੀ ਤਰ੍ਹਾਂ ਤੁਹਾਡੀ ਹੈਲਪ ਕਰਾਂਗੇ ਤੇ ਮਤਲਬ ਕੋਈ ਆਰਥਿਕ ਤੰਗੀ ਕਰਕੇ ਤੁਸੀਂ ਨਹੀਂ ਦੂਰ ਪਹੁੰਚੋ ਕਿ ਇੱਥੇ ਟ੍ਰੇਨਿੰਗ ਵੀ ਵਧੀਆ ਦਿੱਤੀ ਜਾਂਦੀ ਹੈ ਤਾਂ ਪਹੁੰਚੋ ਨਹੀਂ ਆਰਥਿਕ ਤੰਗੀ ਦੇ ਲਈ ਵੀ ਪਹੁੰਚੀ ਆ ਪਰ ਆਪਾਂ ਪੂਰੇ ਦਾ ਪੂਰਾ ਇਹ ਨਹੀਂ ਕਹਿ ਸਕਦੇ ਕਿ ਅਸੀਂ ਮਤਲਬ ਕਿ ਹਰ ਇੱਕ ਚੀਜ਼ ਲੈਂਦੇ ਆ ਕਿ ਇਹ ਨਹੀਂ ਕਹਿ ਸਕਦੇ ਕਿ ਅਸੀਂ ਉੱਥੇ ਅਫੋਰਡ ਕਰ ਨਹੀਂ ਸਕਦੇ ਸੀ ਕਰ ਸਕਦੇ ਸੀਗੇ ਪਰ ਕਹਿੰਦੇ ਹੁੰਦੇ ਨੇ ਕਿ ਅਸੀਂ ਬਹੁਤ ਕੁਝ ਸਿੱਖ ਲੈਂਦੇ ਆ ਕਿ ਦੇਖ ਲੈਂਦੇ ਆ ਪਰ ਇੱਕ ਚੀਜ਼ ਇਹੋ ਜਿਹੀ ਹੁੰਦੀ ਹੈ ਕਿ ਜੋ ਸਾਨੂੰ ਮਤਲਬ ਕਿ ਕਿਤੇ ਦੀ ਕਿਤੇ ਪਹੁੰਚਾ ਦਿੰਦੀ ਆ ਮੈਨੂੰ ਲੱਗਿਆ ਸਰ ਦੀਆਂ ਗੱਲਾਂ ਦੇ ਵਿੱਚ ਇਹਨਾਂ ਦੀ ਵੀਡੀਓ ਦੇਖਦੇ ਹੋਏ ਕਿ ਕਿੱਦਾਂ ਟ੍ਰੇਨਿੰਗ ਦਿੰਦੇ ਮੈਨੂੰ ਲੱਗਿਆ ਕਿ ਅਗਰ ਇਹ ਕੁਝ ਕਰ ਸਕਦੇ ਤਾਂ ਸਾਨੂੰ ਬਿਲਕੁਲ ਹੀ ਮਤਲਬ ਕਿ ਸਿਖਾ ਸਕਦੇ ਨੇ ਔਰ ਅਸੀਂ ਇਹਨਾਂ ਦੇ ਕੋਲ ਜਾ ਕੇ ਸਿੱਖ ਸਕਦੇ ਹਾਂ ਕੁਛ ਨਾ ਕੁਛ ਇਹਨਾਂ ਦੇ ਵਿੱਚ ਕੁਛ ਨਾ ਕੁਛ ਖਾਸੀਅਤ ਹੈ ਕੁਦਰਤੀ ਤੌਰ 'ਤੇ ਕਿ ਇਹ ਬੱਚਿਆਂ ਨੂੰ ਸਿਖਾ ਰਹੇ ਨੇ ਔਰ ਇੰਨੀਆਂ ਕੁੜੀਆਂ ਦੀ ਜ਼ਿੰਮੇਵਾਰੀ ਲੈਣੀ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ 10 ਦਿਨਾਂ ਦੇ ਵਿੱਚ ਕਿੱਦਾਂ ਦਾ ਲੱਗਾ ਬਹੁਤ ਵਧੀਆ ਲੱਗਿਆ ਸਰ ਮੇਰਾ ਤਾਂ ਘਰ ਜਾਣ ਨੂੰ ਦਿਲ ਹੀ ਨਹੀਂ ਕਰ ਰਿਹਾ ਹੈਗਾ ਇੰਨਾ ਦਿਲ ਲੱਗ ਰਿਹਾ ਹੈਗਾ ਇੱਥੇ ਸਾਰੇ ਸਟਾਫ ਵੀ ਬਹੁਤ ਵਧੀਆ ਹੈ ਬੱਚੇ ਵਧੀਆ ਨੇ ਟ੍ਰੇਨਿੰਗ ਬਹੁਤ ਹੀ ਵਧੀਆ ਸਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 10 ਦਿਨਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਇੰਪਰੂਵਮੈਂਟ ਕਰ ਰਿਹਾ ਕਿ ਮੈਨੂੰ ਖੁਦ ਨੂੰ ਯਕੀਨ ਨਹੀਂ ਆਉਂਦਾ ਕਿ ਅਗਰ ਅਸੀਂ ਸਰ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀਡੀਓ ਦੇਖਦਾ ਕਿ ਇਹਨਾਂ ਦੇ ਵਿੱਚ ਕਿਤੇ ਦੇਖ ਰਿਹਾ ਕਿ ਅਸੀਂ ਆਪਣੇ ਆਪ ਨੂੰ ਦੇਖ ਰਹੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆ ਹੀ ਹਾਂਜੀ ਆ ਘਰ ਤੋਂ ਵੀ ਫੋਨ ਆਉਂਦੇ ਨੇ ਕਿ ਬਹੁਤ ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ ਕਹਿੰਦੇ ਨੇ ਕਿ ਸਪੈਸ਼ਲੀ ਕਿਸੇ ਨਾ ਕਿਸੇ ਦਿਨ ਮਿਲਣ ਆਵਾਂਗੇ ਜ਼ਰੂਰ ਹਾਂਜੀ ਕੀ ਨਾਮ ਹੈ ਅਮਨਦੀਪ ਕੌਰ ਕਿੱਥੋਂ ਰਹੀ ਸਰ ਮੈਂ ਲੋਕਲ ਸ਼ਹਿਰ ਤੋਂ ਲੋਕਲ ਟ੍ਰੇਨਿੰਗ ਲੈ ਰਹੇ ਹੋ ਪੁਲਿਸ ਦੇ ਫੋਰਸ ਦੀ ਭਰਤੀ ਦੀ ਕਿੱਦਾਂ ਦਾ ਲੱਗ ਰਿਹਾ ਸਰ ਮੇਰੀ ਪਲੱਸ ਟੂ ਚੱਲ ਰਹੀ ਹੈ ਫਿਲਹਾਲ ਤਾਂ ਸਰ ਮੈਂ ਭਰਤੀ ਹੋਣਾ ਹੈ ਮੇਰਾ ਏਮ ਹੈ ਕਿ ਮੈਂ ਪੰਜਾਬ ਪੁਲਿਸ 'ਚ ਹੀ ਭਰਤੀ ਹੋਣਾ ਹੈਗਾ ਕਿਉਂਕਿ ਸਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਸਰ ਸਾਨੂੰ ਬਹੁਤ ਜ਼ਿਆਦਾ ਵਧੀਆ ਕਰਵਾਉਂਦੇ ਨੇ ਇਸ ਤੋਂ ਇਲਾਵਾ ਵੀ ਸੰਗਰੂਰ ਦੇ ਵਿੱਚ ਵੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਵੀ ਇੰਸਟੀਚਿਊਟ ਹੋਊਗਾ ਉੱਥੇ ਟ੍ਰਾਈ ਨਹੀਂ ਕੀਤਾ ਨਹੀਂ ਸਰ ਇੱਦਾਂ ਦੀ ਆਰਥਿਕ ਥੋੜ੍ਹੀ ਤੰਗੀ ਵੀ ਹੈਗੀ ਅਤੇ ਸਰ ਮੈਨੂੰ ਲੱਗਦਾ ਕਿ ਸਾਨੂੰ ਜਦੋਂ ਪਿੰਡ 'ਚ ਇੱਦਾਂ ਦੀ ਸਹੂਲਤ ਮਿਲ ਰਹੀ ਹੈਗੀ ਤਾਂ ਪਿੰਡ 'ਚ ਇੰਨਾ ਵਧੀਆ ਗਰਾਊਂਡ ਹੈ ਸਾਡਾ ਤੁਸੀਂ ਦੇਖ ਹੀ ਰਹੇ ਹੋਗੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਬਾਹਰ ਇੱਦਾਂ ਦਾ ਕੁਛ ਮਿਲੂਗਾ ਕਿੰਨਾ ਟਾਈਮ ਹੋਊਗਾ ਤੁਹਾਨੂੰ ਸਰ ਮੈਨੂੰ ਕੱਲ੍ਹ ਦੇ ਦਿਨ 4 ਮੰਥ ਹੋ ਜਾਣਗੇ 4 ਮੰਥਾਂ ਦੇ ਵਿੱਚ ਤੁਹਾਨੂੰ ਕਿੰਨਾ ਆਪਣੇ ਆਪ ਨੂੰ ਇੰਪਰੂਵਮੈਂਟ ਸਰ ਮੈਨੂੰ ਬਹੁਤ ਲੱਗਦੀ ਹੈ ਪਹਿਲਾਂ ਮੈਂ ਥੋੜ੍ਹਾ ਰਨਿੰਗ ਪਹਿਲਾਂ ਮੈਂ ਸੜਕ 'ਤੇ ਰਨਿੰਗ ਕਰਨ ਜਾਂਦੀ ਸੀ ਪਰ ਨਹੀਂ ਇੰਨਾ ਇੱਦਾਂ ਦਾ ਨਹੀਂ ਹੁੰਦਾ ਸੀ ਇੰਪਰੂਵਮੈਂਟ ਉਰੇ ਆ ਕੇ 800 ਮੀਟਰ ਸਰ ਮੈਂ 3 ਮਿੰਟ 'ਚ ਕੱਢ ਲੈਂਦੀ ਹਾਂ ਜੀ ਵਧੀਆ ਇੰਪਰੂਵਮੈਂਟ ਜਗਵਿੰਦਰ ਸਿੰਘ ਜੀ ਆ ਕੇ ਜਿੱਥੇ ਹੋਣਾ ਹੁੰਦਾ ਉੱਥੇ ਹੁੰਦੇ ਸਰ ਉਹ ਸਹੀ ਜਗ੍ਹਾ 'ਤੇ ਹੀ ਹੁੰਦੇ ਜੇ ਗੱਲ ਕਰੀਏ ਮੁਫਤ ਟ੍ਰੇਨਿੰਗ ਦਿੰਦੇ ਨੇ ਜਿਹੜਾ ਖਰਚਾ ਹੁੰਦਾ ਤਾਂ ਤੁਸੀਂ ਆਪਣੇ ਪੱਲਿਓ ਕਰਦੇ ਹੋ ਕਿ ਮਾੜਾ ਮੋਟਾ ਸਰ ਜੀ ਸਰ ਵੈਸੇ ਤਾਂ ਕੋਈ ਖਰਚਾ ਸਾਡੇ ਤੋਂ ਲਿਆ ਨਹੀਂ ਜਾਂਦਾ ਜੀ ਜਿੱਦਾਂ ਅਸੀਂ ਆਪਣਾ ਹੀ ਲੈਣਾ ਹੁੰਦਾ ਕੁਛ ਅਸੀਂ ਸਰ ਨੂੰ ਦੇ ਦਿੰਦੇ ਹਾਂ ਪਰ ਸਰ ਸਾਨੂੰ ਲਿਆ ਕੇ ਦਿੰਦੇ ਨੇ ਜੇ ਕਿਸੇ ਕੋਲ ਨਹੀਂ ਹੁੰਦਾ ਕੋਈ ਨਹੀਂ ਲੈ ਸਕਦਾ ਆਰਥਿਕ ਪ੍ਰੋਬਲਮ ਹੁੰਦੀ ਆ ਤਾਂ ਸਰ ਆਪਣੇ ਵੱਲੋਂ ਵੀ ਦਿੰਦੇ ਨੇ ਹੋਰ ਕੁੜੀਆਂ ਨੂੰ ਜਿਹੜੀਆਂ ਹਜੇ ਵੀ ਟ੍ਰੇਨਿੰਗ ਲੈਣ ਨਹੀਂ ਆ ਰਹੀਆਂ ਮਨ ਦੇ ਵਿੱਚ ਨਹੀਂ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਸਰ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਸਰ ਗਰਾਊਂਡ 'ਚ ਆਓ ਅਤੇ ਦੁਨੀਆਂ ਨੂੰ ਦਿਖਾਓ ਜਿਹੜੇ ਕਹਿੰਦੇ ਰਹੇ ਵੀ ਤੁਸੀਂ ਕੁਛ ਨਹੀਂ ਕਰ ਸਕਦੇ ਉਹਨਾਂ ਨੂੰ ਕੁਛ ਕਰਕੇ ਹੀ ਦਿਖਾਓ ਮੇਰਾ ਨਾਮ ਬੀਰਬਲ ਸਿੰਘ ਹੈ ਜੀ ਬੀਰਬਲ ਜੀ ਤੁਹਾਡੀ ਵੀ ਬੇਟੀ ਇੱਥੇ ਟ੍ਰੇਨਿੰਗ ਲੈਂਦੀ ਹਾਂਜੀ ਬੇਟੀ ਆ ਦੋ ਪੋਤੀਆਂ ਨੇ ਜੀ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਾਨੂੰ ਕਿਹੜਾ
हाई जंप लोंग जंप देखा, मेरिया बेटिया भी कह लगियां, पोतियां कह लगियां भी पिता जी सर ने जोगिंद्र सिंह जी भी उत्थे मुफ्त ट्रेनिंग दे रहे ने, इन्होंने यूट्यूब से देखा होना जी भी असीं भी उत्थे आपदा वर्क करना। किन्ना टाइम हो गया बच्चे सानू? कम से कम 45-50 दिन हो गए जी। 50 दिन दे विच बच्चे दे विच किन्नी इंप्रूवमेंट लगदी है, बच्चे ने थोड़ा कहे कि भी सानू सीखने को कुछ मिल रहा है? हाँ जी, सीखने को सानू भी लगता, असीं डेली नाल आउंदे आ जी, जिहड़ियां बच्चियां तो 4-5 फुट भी हाई जंप नहीं लगता सीगा, लौंग जंप भी थोड़ा थोड़ा लगता सीगा, हुण 10-11 फुट ते लौंग जंप लगता जी, 3.5 फुट तक हाई जंप लगा लैंदे ने जी, रस्सा भी चढ़ लैंदे ने, बच्चे मेहनत करदे ने। जगविंदर सिंह बारे की कहना चाहोगे? एक पासे पुलिस दी नौकरी करदे ने, पासे लोक ट्रेनिंग करदे ने, बड़ी मेहनत दा कम कर रहे ने, ट्रेनिंग कर रहे ने। इन्हां दा यही है जी, बहुत मेहरबानी है जी बच्चों वास्ते जी, बहुत सदका जी इन्हों का, जो भी अपने वक्त दो विचारते बच्चों को टाइम कढ़ के बेटियों वास्ते अपना ज़्यादा टाइम देंगे ने जी, सवेरे 4 बजे और शाम को 2 बजे ग्राउंड आते हैं जी। बाकी साड़ियां बेटियां भी बहुत हूँ सीख गई जी, वो भी बच्चों जोड़े नवे बच्चे आते हैं उन्होंने वर्क करा लेंगे ने। आने वाले दिनों के बच्चे तो बच्चे देखो कुछ ना कुछ तो टफ हो गए जी, चंगे जी, कुछ बच्चे मेहनत अजे भी घट करते हैं जी, साड़ी यही बेनती है बच्चों भी ज़्यादा तो ज़्यादा मेहनत करो तो ज़्यादा टफ बनो।